ਸੋ ਕਬੀਰ ਬਦਲ ਟਿਕਟਾਂ ਵੀ ਅਨਾਉਂਸ ਕਰਨ ਲੱਗ ਗਏ, ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜਿਹੜੇ ਬਿਨਾਂ ਪਾਣੀ ਤੋਂ ਮੌਜੇ ਖੋਲਦੇ ਨੇ ਬੰਦੇ, ਉਹਨਾਂ ਨੂੰ ਕੀ ਕਹਿੰਦੇ ਨੇ ਲੋਕ? ਉਹ ਆਪ ਸਮਝ ਲੈ, ਇਹ ਬਿਨਾਂ ਪਾਣੀ ਤੋਂ ਮੌਜੇ ਖੋਲੀ ਫਿਰਦੇ ਨੇ। ਔਰ ਪਹਿਲਾਂ ਇਹ ਟਿਚਰਾਂ ਕਰਦਾ ਸੀ ਕਿ ਇੱਥੇ ਆਹ ਹੈ ਨਹੀਂ, ਕੀ ਕਰੋਨਾ ਹੀ ਹੈ ਨਹੀਂ, ਰੈਲੀਆਂ ਕਰਨ ਲੱਗ ਗਿਆ ਹੰਕਾਰ ਦੀ। ਔਰ ਮੈਂ ਕਹਿੰਦਾ ਹੰਕਾਰ ਦਾ ਕੀ ਸਮਝ, ਤਾਂ ਫਰਕਾ ਬਣ ਬਣੀ ਸੋਚ ਹੈ। ਅਤੇ ਜਦੋਂ ਆਪ ਨੂੰ ਕਰੋਨਾ ਹੋਇਆ ਫਿਰ ਚੰਗਿਆੜਾਂ ਪਈਆਂ, ਅਤੇ ਫਿਰ ਉੱਥੇ ਦਿੱਲੀ ਜਾ ਕੇ ਪੁੱਜਿਆ ਵੱਡੇ ਹਸਪਤਾਲ 'ਚ, ਹੁਣ ਠੀਕ ਹੋ ਕੇ। ਫਿਰ ਉੱਥੇ ਕਹਿੰਦਾ ਜੀ ਦੇਖਿਓ ਯਾਰ ਮੇਰੇ ਵੱਲ ਜਿੰਨੇ ਜਿੰਨੇ ਹੱਥ ਮਿਲਾਇਆ ਤੁਸੀਂ ਵੀ ਚੈੱਕ ਕਰਾ ਲਓ। ਹੁਣ ਫਿਰ ਕਹਿੰਦੇ ਕਰੋਨਾ ਕੋਈ ਨਹੀਂ, ਹੁਣ ਤਾਂ ਤੂੰ ਨਿਕਲਿਆ ਭਾਈ, ਲੋਕਾਂ ਨੂੰ ਹੋਰ ਮੌਤ ਦੇ ਮੂੰਹ 'ਚ ਧੱਕ ਕੇ, ਲੋਕਾਂ ਨੂੰ ਵਰਗ ਲਾ ਕੇ, ਅਤੇ ਉਹਨਾਂ ਨੂੰ ਰੈਲੀਆਂ 'ਚ ਤੁਹਾਨੂੰ ਸੁੱਝਣ ਦੀ ਪਈ ਹੈ। ਮੈਂ ਸਮਝਦਾ ਕਿ ਤੁਹਾਡਾ ਤਾਂ ਜਿਹੜੇ ਦੁੱਖ ਨੇ ਲੋਕਾਂ ਨੂੰ ਦਿੱਤੇ ਹੋਏ, ਸਰਦਾਰ ਸੁਖਬੀਰ ਸਿੰਘ ਬਾਦਲ ਜੋ 10 ਸਾਲ ਦੇ ਵਿੱਚ ਪੰਜਾਬ ਨੂੰ ਲੋਕਾਂ ਨੂੰ ਤੁਸੀਂ ਤੰਗ ਕਰਦਾ, ਜੇ ਲੋਕ ਭੁੱਲੇ ਨਹੀਂ, ਫਿਕਰ ਨਾ ਕਰੋ। ਤੁਹਾਡੇ ਅਜੇ ਨਾ ਪਹਿਲਾਂ ਤਾਂ 15 ਆਈਆਂ, ਅਤੇ ਹੁਣ ਤਾਂ ਮੈਨੂੰ ਲੱਗਦਾ 5 ਵੀ ਨਹੀਂ ਆਉਣੀ। ਸੁਖਬੀਰ ਬਾਦਲ ਕਹਿ ਰਹੇ ਆ ਜਿਹੜੇ ਗੈਂਗਸਟਰ ਮੁਖਤਿਆਰ ਅੰਸਾਰੀ ਸੀਗੇ, ਉਹਨਾਂ ਨੂੰ ਜਿਹੜਾ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਇੱਥੇ ਪੰਜਾਬ 'ਚ, ਅਤੇ ਉਹਦੇ 1 ਕਰੋੜ ਰੁਪਇਆ ਖਰਚ ਹੋ ਗਿਆ, ਕਿਵੇਂ ਜੱਜ ਕਰਦੇ ਤੁਸੀਂ? ਨਹੀਂ, ਜੇਲ੍ਹ 'ਚ ਨਾ ਰੱਖਦੇ, ਹੋਰ ਬਾਦਲ ਦੇ ਘਰੇ ਰੱਖਦੇ ਆਪਾਂ? ਕਿੱਥੇ ਜੇਲ੍ਹ ਵਾਲਿਆਂ ਤਾਂ ਜੇਲ੍ਹ 'ਚ ਰੱਖਣਾ ਪਏਗਾ, ਕਿਸ ਤਰੀਕੇ ਨਾਲ ਕਾਨੂੰਨ ਅਨੁਸਾਰ ਰੱਖਿਆ ਗਿਆ। ਉਹ ਕਹਿ ਰਹੇ 1 ਕਰੋੜ ਰੁਪਇਆ ਖਰਚ ਕਰਤਾ, ਉਸਦੇ ਦੇਖ ਰੇਖ 'ਤੇ ਕਿਵੇਂ ਦੇਖਦੇ? ਇਸ 'ਚ ਜੇਲ੍ਹ 'ਚ ਕਿੰਨਾ ਖਰਚ ਹੁੰਦਾ ਇਹ ਤਾਂ ਜਾ ਕੇ ਉਹਦੇ ਨਾਲ ਹਿਸਾਬ ਕਰਨਾ ਜੇਲ੍ਹ ਵਾਲਿਆਂ ਨਾਲ, ਉਹ ਤਾਂ ਜੋ ਕਾਨੂੰਨ ਅਨੁਸਾਰ ਕਿੰਨਾ ਖਰਚ ਹੁੰਦਾ। ਤਾਂ ਜੇਲ੍ਹ ਦੇ ਵਾਲਿਆਂ ਦੇ ਪਹਿਲਾਂ ਵੀ ਖਰਚ ਹੁੰਦੇ ਨੇ, ਆਮ ਜਿੱਥੇ ਜਿੱਥੇ ਕੈਦੀਆਂ ਨੂੰ ਲਿਜਾਈਦਾ, ਜਿਹੜਾ ਜਾਏਗਾ ਉੱਥੇ ਖਰਚ ਹੋਣਾ ਹੀ ਹੈ। ਤੁਸੀਂ ਐਂ ਦੱਸੋ, ਪੱਤਰਕਾਰ ਆਪਣੇ ਦਿਲ 'ਤੇ ਹੱਥ ਧਰ ਕੇ, ਮੇਰੇ ਭਰਾ ਹੋ ਤੁਸੀਂ, ਨਿਰਪੱਖ ਹੋ। 10 ਸਾਲ ਉਹ ਸਰਕਾਰ ਰਹੀ ਇਹਨਾਂ ਦੀ, ਬੀਜੇਪੀ ਅਤੇ ਅਕਾਲੀ ਦਲ, ਪਹਿਲਾਂ ਇੱਕ ਇੱਕ ਕੰਮ ਗਣਾਉਣਾ, ਇਹ ਸੁਣਾ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ। ਠੀਕ ਹੈ ਜੀ, 10 ਸਾਲ ਸਰਕਾਰ ਰਹੀ ਹੈ, ਕਿਸੇ ਕਿਸਾਨ ਨੂੰ ਇੱਕ ਧੇਲਾ ਦਿੱਤਾ, ਕਿਸੇ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਸਾਰ 7000 ਕਰੋੜ ਰੁਪਈਆ ਕਿਸਾਨਾਂ ਦੀ ਜੇਬ 'ਚ ਪਾਇਆ ਗਰੀਬ, ਔਰ ਬਾਕੀ ਜਿਹੜੇ ਰਹਿੰਦੇ ਨੇ 2.5-2.5 ਏਕੜ ਵਾਲੇ, ਸਾਰਿਆਂ ਨੂੰ ਫੇਰ ਜਿੰਨਾ ਕਰਜ਼ਾ ਸਾਰਿਆਂ ਦਾ ਮਾਫ਼ ਕਰਨਾ। ਤੁਸੀਂ ਭਾਈ ਕੀ ਕੀਤਾ? ਫਿਰ ਦਲਿਤਾਂ ਦੇ ਜਿਹੜੇ ਪਿੰਡਾਂ 'ਚ ਬੈਠੇ ਨੇ ਮਜ਼ਦੂਰ ਨੇ, ਉਹਨਾਂ ਦਾ 540 ਕਰੋੜ ਰੁਪਈਆ ਮਾਫ਼ ਕਰਤਾ, ਭਾਵੇਂ 9 ਕਰੋੜ ਆ ਕਿਸੇ ਦਾ, 9 ਲੱਖ ਆ, ਸੋਰੀ, 9000 ਤੋਂ 25000 ਤੱਕ ਉਹ ਸਾਰਾ ਮਾਫ਼ ਕੀਤਾ। ਤੁਸੀਂ ਭਾਈ ਚੋਣੀ ਕੀਤੀ ਆ, ਕਿਉਂ ਨਹੀਂ ਯਾਦ ਆਇਆ? ਫਿਰ ਤੁਸੀਂ ਇਹ ਲਾ ਲਓ, ਗਰੀਬ ਗਰੀਬ ਧੀਆਂ ਦਾ ਜਦੋਂ ਵਿਆਹ ਕੇ ਦੇਣੀ ਪੈਂਦੀ, ਗਰੀਬਾਂ ਨੂੰ ਪਤਾ, ਬਾਦਲਾਂ ਨੂੰ ਕੀ ਪਤਾ, ਇਹ ਤਾਂ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਹੋਏ ਨੇ। ਜਿਹਦੀ ਗਰੀਬ ਦੀ ਧੀ ਹੁੰਦੀ ਉਹਦੇ ਵਿਆਹ 'ਤੇ ਖਰਚ ਆਉਂਦਾ। ਤੁਸੀਂ ਭਾਈ ਕੈਪਟਨ ਅਮਰਿੰਦਰ ਸਿੰਘ 2002 'ਚ 15000 ਕਰਕੇ ਗਿਆ ਸੀ, ਤੁਸੀਂ 10 ਸਾਲ ਰਹੇ ਹੋ, 1 ਰੁਪਈਆ 1 ਕੌਡੀ ਨਹੀਂ ਵਧਾਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦੇ ਸਾਰ। 15 ਤੋਂ 21 ਕੀਤਾ, ਹੁਣ 51000 ਕੀਤਾ। ਇਹ ਤੁਹਾਨੂੰ ਦਿਸਦਾ ਨਹੀਂ ਅਜੇ? ਬਾਦਲ ਸਾਹਿਬ ਨਹੀਂ ਦਿਸਦਾ ਜੀ ਤੁਹਾਡੇ ਵਾਂਗੂ ਕੁਛ ਨਾ ਕਰਦੇ ਫਿਰ ਅਸੀਂ? ਫਿਰ ਆ ਹੈਗਾ, ਬੀਬੀਆਂ ਨੇ ਸਾਡੀਆਂ, ਭੈਣਾਂ ਨੇ, ਬਜ਼ੁਰਗ ਨੇ, ਗਰੀਬ ਲੋਕ, ਸਾਡੇ ਬੱਚੇ ਨੇ ਪੜ੍ਹਨ ਜਾਂਦੇ, ਉਹਨਾਂ ਨੂੰ 1 ਅਪ੍ਰੈਲ ਤੋਂ ਫ੍ਰੀ ਬੱਸ ਸੇਵਾ ਕਰਤੀ। ਇਹ ਤੁਹਾਨੂੰ ਦਿਸਦੀ ਨਹੀਂ ਹੈ? ਤੁਹਾਡੇ ਵਾਂਗੂ ਧੱਕੇ ਮਾਰ ਕੇ ਬੁੜੀਆਂ ਥੱਲੇ ਸੁੱਟ ਜਾਇਆ ਕਰਦੇ, ਤੁਹਾਡੀ ਔਰਬਿਟ ਆਇਆ ਕਰਦੀ ਥੱਲੇ ਦਰਲ ਕੇ ਲੰਘ ਜਾਇਆ ਕਰਦੀ, ਇਹ ਵੀ ਨਹੀਂ ਤੁਹਾਨੂੰ ਦਿਸਦਾ ਫ੍ਰੀ। ਫਿਰ ਪੈਨਸ਼ਨ ਹੈ, 10 ਸਾਲ ਤੁਸੀਂ ਰਹੇ ਹੋ, 250 ਰੁਪਈਏ ਰਹੀ ਹੈ, 250 ਤੁਹਾਨੂੰ ਸੋਚ ਕੇ ਬੋਲਣਾ ਚਾਹੀਦਾ ਹੈ। 1 ਦੁਆਨੀ ਨਹੀਂ ਵਧਾਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਆਉਂਦੇ ਸਾਰ 750 ਕਰ ਦਿੱਤੀ, ਹੁਣ 1500 ਕਰ ਦਿੱਤੀ। ਜਿਹਨਾਂ ਨੂੰ ਪੈਨਸ਼ਨ ਦੀ ਲੋੜ ਆ ਉਹਨਾਂ ਨੂੰ ਪੁੱਛੋ, ਤੁਹਾਨੂੰ ਕੀ ਪਤਾ ਅਰਬਾਂ ਖਰਬਾਂ ਦੇ ਮਾਲਕ ਹੋ, ਤੁਹਾਨੂੰ ਨਹੀਂ ਜ਼ਰੂਰਤ। ਜ਼ਰੂਰਤ ਆ ਮੇਰੀ ਵਿਧਵਾ ਭੈਣ ਨੂੰ, ਕਿਸੇ ਨੂੰ, ਮੇਰੀ ਮਾਂ ਨੂੰ, ਕਿਸੇ ਬਜ਼ੁਰਗ ਨੂੰ, ਕਿਸੇ ਗਰੀਬ ਮਾਤਾ ਨੂੰ, ਬਜ਼ੁਰਗ ਨੂੰ ਲੋੜ ਹੈ, ਕਿਸੇ ਅਪੰਗ ਬੱਚੇ ਨੂੰ ਲੋੜ ਹੈ, ਅਤੇ ਕਿਸੇ ਹੋਰ ਲੋੜਵੰਦ ਨੂੰ ਲੋੜ ਹੈ, ਉਹਨੂੰ 1500 ਲਾਈ ਆ ਜੇ ਤੁਹਾਨੂੰ ਦਿਸ ਰਹੀ ਨਹੀਂ ਕੱਖ? ਇਸ ਕਰਕੇ ਅੱਜ ਇੰਡਸਟਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ 400 ਨਵੀਂ ਵੱਡੀ ਇੰਡਸਟਰੀ ਲੱਗੀ ਹੈ। ਤੁਹਾਡੇ ਟਾਈਮ 10% ਕੰਮ ਕਰਦੀ ਸੀ, ਸਾਰੇ ਭੱਜ ਗਏ ਸੀ, ਸੋ ਤੁਹਾਨੂੰ ਅਜੇ ਵੀ ਚੰਗਾ ਲੱਗਦਾ? ਸੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੰਮ ਕਰਦੀ ਹੈ ਤੇ ਤੁਸੀਂ ਧਰਨੇ ਲਾਉਂਦੇ ਹੋ, ਬਸ ਇੰਨਾ ਹੀ ਕੰਮ। ਬੀਜੇਪੀ ਦੇ ਹਰਸਿਮਰਤ ਬਾਦਲ ਨੇ ਕਿਹਾ ਵੀ ਜਿਹੜੇ 300 ਕਿਸਾਨ ਮਰੇ ਨੇ, ਜੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਮੁੱਖ ਮੰਤਰੀ ਤਾਂ ਮਰਨੇ ਸੀ, ਨਾ ਹੀ ਅੰਦੋਲਨ ਹੋਣਾ ਸੀ, ਵੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਏ ਨੇ ਮੋਦੀ ਦੇ। ਅੰਦੋਲਨ ਬੀਪੀ ਨੂੰ ਮੈਂ ਪੁੱਛਣਾ ਚਾਹੁੰਦਾ, ਉਹਨੂੰ ਸਾਫ਼ ਸੁਣਾ ਦਿਓ ਕੰਨ ਧਰ ਕੇ, ਬੀਪੀ ਤੂੰ ਹੋਵੇਂ ਪ੍ਰਧਾਨ, ਤੁਹਾਡੀ ਹੋਵੇ ਸਾਂਝ ਬੀਜੇਪੀ ਨਾਲ,
ਜਦੋਂ ਇਹ ਕਾਲੇ ਕਾਨੂੰਨ ਬਣੇ ਨੇ ਤੂੰ ਉੱਥੇ ਬੈਠ ਕੇ ਬਣਵਾਏ ਨੇ, ਬੈਠ ਕੇ ਬਣਵਾਏ ਨੇ, ਤੂੰ ਵਜ਼ੀਰ ਸੀ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇਮੀਜੀਏਟਲੀ ਵਿਰੋਧ ਕਰਕੇ ਅਸੈਂਬਲੀ ਦਾ ਸੈਸ਼ਨ ਸਪੈਸ਼ਲ ਬੁਲਾਇਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਬੰਦੇ ਲੈ ਕੇ ਬਾਹਰ ਬੈਠ ਗਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਦਾ, ਇਹ ਕਾਲੇ ਕਾਨੂੰਨ ਕੋਈ ਮਾੜੇ ਨਹੀਂ ਹੈਗੇ, ਚੰਗੇ ਨੇ। ਤਾਂ ਤੁਸੀਂ ਭਾਈ ਕਿਹੜੇ ਛੱਜ ਤਾਂ ਬੋਲੇ, ਛਾਣਨੀ ਵੀ ਬੋਲੇ, ਤੁਹਾਨੂੰ ਤਾਂ ਕੋਈ ਬੋਲਣ ਦਾ ਹੱਕ ਨਹੀਂ, ਤੁਸੀਂ ਕਾਲੇ ਕਾਨੂੰਨ ਕੋਲ ਬੈਠ ਕੇ ਬਣਾਏ ਨੇ। ਆਮ ਆਦਮੀ ਪਾਰਟੀ ਦੇ ਬੀਜੇਪੀ ਦਾ ਹੁਣ ਭਵਿੱਖ ਕਿਵੇਂ ਦੇਖਦੇ ਹੋ ਤੁਸੀਂ 2022? ਇਹ ਤਾਂ ਲੋਕਾਂ ਨੇ ਤੈਅ ਕਰਨਾ, ਪੰਜਾਬ 'ਚ ਕੋਈ ਇਹਨਾਂ ਦਾ ਭਵਿੱਖ ਨਹੀਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਜਿਹੜੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਦੁਬਾਰਾ ਦੇਖਣਾ ਚਾਹੁੰਦੇ। ਕੋਈ ਦਿੱਕਤ ਨਹੀਂ ਆਏਗੀ। ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਲੋਕ ਆਮ ਅਕਾਲੀ ਦਲ ਦੇ ਵੀ ਕਹਿੰਦੇ ਜਦੋਂ ਕੈਪਟਨ ਦਾ ਰਾਜ ਆਉਂਦਾ ਕਿਸਾਨ ਨਹੀਂ ਰੁੜਦਾ ਮੰਡੀਆਂ 'ਚ। ਬਿਲਕੁਲ ਕਿਤੋਂ ਦੀ ਆਈ ਅਸੀਂ ਬਾਰਦਾਨੇ ਦੀ ਕੋਈ ਕਮੀ ਨਹੀਂ।